ਹਾਂਜੀ ਹਾਂਜੀ ਵੀਰੇ, ਸਾਰੇ ਵੀਰਾਂ ਦਾ ਸਵਾਗਤ ਹੈ ਤੁਹਾਡੇ ਆਪਣੇ ਪੇਜ ਤੇ। ਤੁਸੀਂ ਦੇਖ ਰਹੇ ਹੋ ਵਾਲੀਬਾਲ ਮੀਡੀਅਮ ਟੂਰਨਾਮੈਂਟ ਪਿੰਡ ਰਾਮਗੜ੍ਹ ਚੁੰਗਾ ਸੈਮੀ ਫਾਈਨਲ ਮੈਚ। ਸੈਮੀ ਫਾਈਨਲ ਮੈਚ ਹੈ ਜੀ, ਚੁੱਕੇ ਵਰਸੇ ਘੱਟਿਆ ਵਾਲੀ। ਸ਼ੇਅਰ ਕਰਿਓ ਬਾਈ, ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ। ਹਰ ਕਦੇ ਖੇਡਦੇ ਮੈਦਾਨਾਂ ਦੇ ਵਿੱਚ ਗੱਲਬਾਤ ਵੱਖਰੀ, ਡਿਫੈਂਸ ਬੜਾ ਖਿਡਾਰੀ ਦਾ, ਖੇਡਦੇ ਚੰਡੀਗੜ੍ਹੀ ਆ ਸਾਮਾ ਖੇਡਦਾ ਮੇਰੇ ਮਿੱਤਰੋ। ਕਰਿਓ ਸ਼ੇਅਰ ਕਰਿਓ ਬਾਈ, ਪਿੰਡਾਂ ਜਿਵੇਂ ਫਿਰੋਜ਼ਪੁਰ ਦੇ ਵਿੱਚ ਜਿਹਨੇ ਸਰਵਿਸ ਕਰਨੀ ਸਾਹਮਣੇ ਦੋ ਆ ਸ਼ਾਇਦ ਚੁੱਕਿਆ ਵੀਰੇ, ਛੇ ਦੋ ਸੈਂਟਰ ਦੇ ਵਿੱਚ ਬੁਰੀਆਲਾ ਪਿੰਡ ਆ ਕਹਿੰਦੇ ਰਾਜਦੀਪ ਦਾ ਆ ਜਸ਼ਨਾ ਨੌਜਵਾਨ। ਸਲੇਮ ਸ਼ਾਹ ਪਿੰਡ ਦਾ ਕਦੇ ਕਦੇ ਗੱਲਾਂ ਹੁੰਦੀਆਂ, ਗੌਰਵ ਵਰਗੇ ਰੂਪੇ ਵਰਗੇ ਮੁੰਡੇ ਤਕੜਾ ਖੇਡ ਰਿਹਾ। ਸਿੱਧੂ ਲੂਰ ਵਾਲਾ ਇਹ ਟੀਮ ਦੇ ਲਈ ਪੱਕੇ ਤੌਰ ਤੇ ਖੇਡ ਰਿਹਾ। ਅੱਜ ਕੱਲ ਸਿੱਧੂ ਤੇ ਚੰਦਮਾਜੇ ਵਾਲਾ ਟੈਂਕ ਆ, ਜੰਡ ਵਾਲੇ ਦਾ ਗੁਰਪਿਆਰ ਆ, ਫਿਰੋਜ਼ਪੁਰ ਦੇ ਬੁਈਆਂ ਵਾਲੇ ਪਿੰਡ ਦਾ, ਜਿਹੜੇ ਪਿੰਡ ਦੇ ਕਹਿੰਦੇ ਕੇਵਲ ਸਿੰਘ ਬੁਈਆਂ ਵਾਲੇ ਨੇ ਤੂਟਾਂ ਦੇ ਗੁਰਜੀਤ ਦਾ ਪਹਿਲਾ ਵੀਜ਼ਾ ਲਵਾਇਆ ਸੀ ਇੰਗਲੈਂਡ ਦਾ। ਇਹ ਕਹਿੰਦੇ ਉਹਦੇ ਪਿੰਡ ਦਾ ਮੁੰਡਾ ਜਿਹਨੇ ਪਹਿਲੀ ਵਾਰ ਇੰਗਲੈਂਡ ਵਿਖਾਈ ਦੂਤਾਂ ਦੇ ਗੁਰਜੀਤ ਨੂੰ। ਇਹ ਕਹਿੰਦੇ ਕੇਵਲ ਸਿੰਘ ਬੁਈਆਂ ਦੇ ਪਿੰਡ ਦਾ ਵੱਡੀ ਕਹਿੰਦੇ ਖੇਡ ਕਲਾਬਾ ਇਹ ਕਬੱਡੀ ਕਲੱਬ ਦੇ ਲਈ ਖੇਡਿਆ, ਇਹ ਉਸ ਪਿੰਡ ਆਇਆ ਮੁੰਡਾ ਇਹ ਆ ਰਾਜਦੀਪ ਬੁਈਆਂ ਵਾਲੇ ਦਾ। ਨਵਦੀਪ ਲੰਬੇ ਵਰਗਾ ਸਟਾਈਲ ਹੈ ਖੇਡਣ ਦਾ, ਆਉਣ ਵਾਲੇ ਟਾਈਮ ਦੇ ਵੀ ਦੂਜਾ ਲੰਬਾ ਬਣੂ ਜਾਂ ਫਿਰ ਨਹੀਂ ਇੰਤਜ਼ਾਰ ਆ, ਸਮਾਂ ਦੱਸੂਗਾ। ਇੱਕ ਪਾਸੇ ਤੀਰਥ ਹੈ, ਦੂਜੇ ਪਾਸੇ ਟੈਂਕ ਹੈ, ਮੈਚ ਕਹਿੰਦੇ ਦੂਜਾ ਸੈਮੀ ਹੈ ਉੱਧਰ ਚੁੱਕੇ ਤੇ ਝੱਟਿਆਂ ਦੀ ਉਹ ਬੱਲੇ, ਕਿਆ ਬਾਤ ਹੈ ਉਹ ਯਾਰ, ਕਿੰਨੇ ਕੁ ਬੈਠੇ ਤਾੜੀ ਤੂੜੀ ਦਾ ਮਾਰੋ, ਆਹ ਬੱਲੇ ਆਹ ਬੱਲੇ ਆਹ ਬੱਲੇ, ਆਹ ਸਮੇਂ ਦੀ ਸੂਈ ਚ ਐਨ ਬਣ ਕੇ ਪਰੋਈ ਆਉਣਾ ਬਾਲਾ ਭੈੜਾ ਵੀ ਦੇਖ ਹਾ ਸੁਲਤਾਨਾ ਵਰਗੀ, ਆਹ ਦੇਖ ਹਾ ਸੁਲਤਾਨਾ ਵਰਗੀ, ਤੋੜ ਹੈ ਭਲਵਾਨਾ ਵਰਗੀ, ਕਿੰਨੇ ਤੇ ਭਿੱਜੇ ਵੀ ਆਓ ਬਣ ਕੇ ਕਰੇ ਕਿੰਨੇ ਤੇ ਭਿੱਜੇ ਦੇ ਜਾਂਦੇ ਆ। ਉਹਦੇ ਮੌਜੂਦ ਆ ਯੁੱਗੇ ਕੋਈ ਲਾਈਵ ਤੱਕ ਰਹੇ ਜੀ, ਬਹੁਤ ਬਹੁਤ ਧੰਨਵਾਦ ਹੈ ਸਰਕਾਰ ਹੈ ਨਵਜੋਤ ਯੁੱਗੇ ਵੀ ਸਾਡੇ, ਉਹ ਵੀ ਬੜੇ ਸਤਿਕਾਰ ਯੋਗ ਹੈ, ਭੈਣ ਨੂੰ ਧੰਨਵਾਦ ਹੈ। ਔਰ ਇਧਰਲੇ ਪਾਸੇ ਮੈਚ ਵੀ ਕਹਿੰਦੇ ਬਹੁਤ ਤਗੜਾ ਤੇ ਕਹਿੰਦੇ ਚੋਟੀ ਦਾ ਮੇਰੇ ਮਿੱਤਰੋ ਜਿਹੜਾ ਕਹਿੰਦੇ ਖੇਡਿਆ ਜਾ ਰਿਹਾ ਹੈ। ਮੈਰੀ ਫੈਨ ਦੱਸੀ ਉਧਰ ਹਰਮਨ ਦਾ ਕਹਿੰਦੇ ਸਾਊਂਡ ਹੈ ਏਰੀਏ ਦੇ ਮੰਦੀ ਪ੍ਰਬੰਧੀ ਸਾਊਂਡ ਹੈ ਹਰਮਨ ਦੀ, ਬਹੁਤ ਵੱਡਾ ਨਾਮ ਹੈ, ਵਾਜਾ ਦੂਰ ਦੂਰ ਤੋਂ ਜ਼ਿਆਦਾ ਮੁੜਦੀਆਂ, ਥਾਰ ਥਾਰ ਵਾਜਾਂ ਖੜਕਦੀਆਂ ਜਿਵੇਂ ਟਰਾਲੀ ਨਾਲ ਕਹਿੰਦੇ ਸੰਗਲ ਖੜਕਦੇ ਆ। ਹਰਮਨ ਦਾ ਵੀ ਧੰਨਵਾਦ ਹੈ। ਉਹ ਸਾਹਮਣੇ ਕਹਿੰਦੇ ਇੱਕ ਮੈਚ ਅੱਜ ਦੇ ਵੇਲੇ ਦਾ ਰਾਜਦੀਪ ਪੂਈਆਂ ਵਾਲਾ ਬੱਲੇ, ਉਹ ਬੱਲੇ 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 ਬੱਲੇ, ਉਧਰ ਰਾਮਦੀਪ ਹੈ ਲੰਬਾ ਟਰਾਈ ਕਰਦਾ ਪਰ ਤੀਰਥ ਕਹਿੰਦਾ ਸਰਪੰਚ ਟੂਡੇ ਸਪੋਰਟਸ ਗੁਰਮੇਰ ਸਰਪੰਚ ਟੂਡੇ ਸਪੋਰਟਸ ਪੇਜ ਆ ਉਹਦਾ ਗੱਡੀ ਚੋਂ ਲੱਗਦੀ ਚੋਂ ਵੀ ਬਾਲ ਕਿਹੜੀ ਆਓ ਕਿਹੜੇ ਪਾਸੇ ਨੂੰ ਲਾਉਣੀ ਆ, ਆ ਰਾਜਦੀਪ ਆ ਨਾਲ ਭਿੱਡਾ ਭਲਵਾਨ ਬੱਲੇ 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 ਬੱਲੇ, ਗੁਰਮਨ ਤੇ ਹਰਮਨ ਹੈ ਦੋਨੋਂ ਵੀਰ ਹੈ ਤੇ ਨਵਜੋਤ ਯੁੱਗੇ ਦੇ ਵਿੱਚ ਹੈ। ਉਹ ਸਾਹਮਣੇ ਕਹਿੰਦੇ ਚਰਚਾ ਹੈ ਬੂਟਾ ਜੰਡ ਵਾਲੇ ਪਿੰਡ ਦਾ, ਆਵੇ ਬੂਟਾ ਖੜਾ ਟੱਚ ਹੈ ਜੀ ਸਰਦਾਰ ਸਾਹਿਬ, ਟੱਚ ਹੈ ਬਾਲ ਟੱਚ ਹੈ, ਸਫਲਤਾ ਫਿਰ ਜਿਹੜੀ ਉੱਧਰ ਜੁੜ ਗਈ ਹੈ ਮੈਰੀ ਖੜੀ। ਇੱਧਰ ਵੀ ਦੱਸ ਸੋਹਣਿਆ ਵੀਰਾ ਕਿੰਨੇ ਕਿੰਨੇ ਪੁਆਇੰਟ ਨੇ,
ਕੱਟਿਆਲੀ ਦੇ ਚੁੱਕੇ ਮੈਚ ਨੰਬਰ ਵੀ ਬਹੁਤ ਤਗੜਾ ਦੋ ਨੰਬਰ ਦੇ ਵਿੱਚ ਜੱਜ ਗੋਦੀ ਵਾਲਾ ਇੱਕ ਪਾਸੇ ਇੱਕ ਪਾਸੇ ਜਰੇਤਪੁਰੀਆ ਸੈਂਟਰ ਦੇ ਵਿੱਚ ਆ ਕਿੰਨੇ ਜੀ ਤਿੰਨ ਚੁੱਕਿਆਂ ਦੇ ਤੇ ਸੱਤ ਨੰਬਰ ਆ ਕੱਟਿਆਲੀ ਦੇ ਇੰਨੇ ਹੀ ਆ ਨੀ ਤਿੰਨ ਤੇ ਸੱਤ ਆ ਜੀ ਤਿੰਨ ਚੁੱਕਿਆਂ ਦੇ ਸੱਤ ਪੁਆਇੰਟ ਉੱਧਰ ਕੱਟਿਆਲੀ ਦੇ ਤੇ ਸੱਤ ਪੁਆਇੰਟਾਂ ਕੱਟਿਆਲੀ ਦੇ ਵੱਡਾ ਫਰਕ ਹੈ ਚਾਰ ਪੁਆਇੰਟਾਂ ਦਾ ਉਹ ਮੁੰਡਾ ਬੁਈਆਂ ਵਾਲੇ ਪਿੰਡ ਦਾ ਨਵਾਂ ਖਿਡਾਰੀ ਆਉਣ ਵਾਲੇ ਟਾਈਮ ਦਾ ਇਹ ਵੀ ਕਿਵੇਂ ਵੱਡਾ ਮੱਲ ਬਣ ਜਾਣਾ ਅੱਜ ਤੀਰ ਸੁਣ ਵਾਲੇ ਚੋਣ ਕੀਤੀ ਆ ਕਿਤੇ ਕਾਲੀਅਰ ਦੇ ਕਦੇ ਕੁੜੀ ਨਾਲ ਖੇਡਿਆ ਰਾਤਾਂ ਢਲ ਗਈਆਂ ਕੌਣ ਵੇਲਾ ਰਾਮਗੜ੍ਹ ਨਾਲ ਜਿੱਤ ਕੇ ਜਾਂਦਾ ਫਿਰ ਕਰੇ ਪਰਮਾਤਮਾ ਸੱਚੇ ਪਾਤਸ਼ਾਹ ਮੌਸਮ ਸਾਫ਼ ਕਦੇ ਥੋੜਾ ਉਹ ਬੁੱਲੇ 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 ਤਾੜੀਆਂ ਮਾਰ ਦੇ ਯਾਰ ਵਾਹ ਨਹੀਂ ਉੜੀਸਾ ਖਿਡਾਰੀਆਂ ਦੇ ਤਰੀਕ ਵੀ 18 ਹੋ ਗਈ ਆ 17 ਦੇ ਖੇਡਣ ਲੱਗਿਆ 18 ਤਰੀਕ ਹੋ ਗਈ ਆ ਸਮਾਂ ਬਦਲ ਗਿਆ ਵਕਤ ਬਦਲ ਗਿਆ ਦਿਨ ਬਦਲ ਗਿਆ ਤਰੀਕ ਬਦਲ ਗਈ ਆ ਰਾਤ ਢਲ ਕੇ ਉਸ ਵੇਲੇ ਨੂੰ ਤੁਰਦੀ ਜਾਂਦੀ ਆ ਵੀ ਸੁਬਹ ਸ਼ਾਮ ਉੱਠ ਕੇ ਬਦਾਮ ਚੱਪਣੇ ਤੇ ਫਿਰ ਜਾ ਕੇ ਜਿੰਮ ਦਾ ਸ਼ਿੰਗਾਰ ਕਰਨਾ ਪੈਂਦੀਆਂ ਦਵਾਈਆਂ ਨੂੰ ਜਿੰਦ ਸਾਂਭਣੀ ਇੰਨਾ ਸੌਖਾ ਨਹੀਂ ਉਹ ਮਿੱਤਰਾ ਸਰਦਾਰ ਬਣਨਾ ਪੈਂਦੀ ਆ ਜਵਾਈਆਂ ਵਾਂਗੂ ਜਿੰਦ ਸਾਂਭਣੀ ਇੰਨਾ ਸੌਖਾ ਨਹੀਂ ਜੱਗੀ ਜੀ ਸਟਾਰ ਬਣਨਾ ਬੜੇ ਖੁਸ਼ੀ ਉਹ ਬੱਲੇ 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 ਇਹਨੇ ਆਈ ਕਰਦਾ ਹੁੰਦਾ ਜਦੋਂ ਆਈ ਤੇ ਆਉਂਦਾ ਹਾਲੇ ਸਾਈਕਲ ਹੈ ਵੀ ਮੋੜੂਗਾ ਉਹ ਪਰਵਾਰ ਉਹ ਨਹੀਂ ਉੜੀਸਾ ਭੈਣ ਭਈਆ ਮੈਂ ਤੇ ਤੁਰਦੀ ਦਾ ਗੁਰਪਤਾਰ ਕਿੱਦਾਂ ਤੇ ਤੀਰਥਾ ਨਹੀਂ ਤੀਰਥਾ ਦੱਸੀ ਕਿੰਨੇ ਕਿੰਨੇ ਨੇ ਚਾਰ ਤੇ ਤਿੰਨ ਚਾਰ ਤੇ ਤਿੰਨ ਹਾਰ ਚਾਰ ਦੇ ਤਿੰਨ ਨੰਬਰ ਆ ਇੱਕ ਕਿੱਡੇ ਕਿੱਡੇ ਮਾਣ ਵਾਲੀ ਗੱਲ ਆ ਭਿੰਡਾ ਆ ਤੇ ਭਿੰਡੇ ਨੇ ਕਿਹਾ ਵੀ ਤੇਰੇ ਲਈ ਆ ਦੋਵੇਂ ਟੀਮਾਂ ਗੱਲਾਂ ਬਾਤਾਂ ਭਾਵੇਂ ਟਕਾਰੇ ਲਾ ਰਹੀਆਂ ਪਰ ਜਿਵੇਂ ਤੈਨੂੰ ਸਹੀ ਲੱਗਦਾ ਤੂੰ ਉਹਦੇ ਵਿੱਚ ਸਰਦਾਰੀ ਨਹੀਂ ਖਿਡਾਰੀ ਆਉਂਦਾ ਤੇ ਆ ਕੇ ਕੰਮ ਜਿਹੜੇ ਗੱਲ ਕਹਿੰਦਾ ਟਿਕਾਣੇ ਲੱਗ ਰਹੀਆਂ ਬੜੇ ਸਬਰ ਸਿਦਕਾ ਨੇ ਖਿਡਾਰੀ ਗਰਾਉਂਡਾਂ ਦੇ ਖੇਡ ਰਿਹਾ ਆ ਗਿਆ ਲੱਭਾ ਪ੍ਰਭੂ ਸ਼ਹਿਰੀਆ ਹੋਰ ਇੱਧਰ ਮੁੰਡਾ ਜਿਵੇਂ ਜਸ਼ਨਾ ਨਾਲ ਰਵੀ ਆ ਡਿਫੈਂਸਰ ਵੀ ਟੋਪ ਦੇ ਆ ਉਧਰ ਬੰਟੂ ਦੇ ਕਦੇ ਗੁਰਪਿਆਰ ਦੀ ਗੋਲੀ ਆ ਡਿਫੈਂਸਰ ਵੀ ਕਦੇ ਸਿਰੇ ਰਿਹਾ ਖਰੋਸ਼ਿਆਂ ਦੇ ਬੂਹੇ ਕਦੇ ਖਰੋਸ਼ਿਆਂ ਵਾਲੇ ਹੋ ਗਿਆ ਢਿੱਡਾ ਢਾਈ ਕਰਦਾ ਹੋਇਆ ਪਰ ਬੂਟੇ ਦਾ ਇਸ਼ਾਰਾ ਮੁੰਡਾ ਜਾਂਦਾ ਹੀ ਆ ਬਾਅਦ ਵੀ ਫਾਉਲ ਆ ਤੇ ਸਫਲਤਾ ਸਵੇਮ ਚਾਹੇ ਜਿਹੜੀ ਕਦੇ ਖਾਤੇ ਜੁੜ ਗਈ ਆ ਇੱਕ ਨਾਲ ਘਰ ਪੁੱਤ ਪੁੱਤਾਂ ਘਰ ਪੁੱਤਰੇ ਇੱਕ ਨਾਲ ਘਰ ਧੀ ਧੀਆਂ ਘਰ ਪੁੱਤਰੇ ਇੱਕ ਨਾਲ ਘਰ ਇੱਕ ਤੇ ਉਹ ਵੀ ਚਾਹੇ ਮਾਰ ਕੌਣ ਆਖੇ ਸਾਹਿਬ ਨੂੰ ਇੱਕ ਨਹੀਂ ਇੰਜ ਕਰ ਸੱਚੇ ਪਾਤਸ਼ਾਹ ਦੀ ਕਿਰਪਾ ਪਟਾਕੇ ਪੈਂਦੇ ਆ ਉਹ ਦੋਵੇਂ ਟੀਮਾਂ ਬਰਾਬਰ ਦੀਆਂ ਦੂਈਆਂ ਬੱਲੇ 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 ਹੋ ਕਿਆ ਬਾਤ ਹੈ ਇੱਥੇ ਲਗਿਆ ਬਲੇ ਰਾਹ ਇੱਥੇ ਰੱਖ ਇੱਕ ਤਾੜੀ ਮਾਰੋ ਯਾਰ ਤੀਸ ਦੇ ਨਾਲੇ ਉਹਨੇ ਆ ਕੇ ਪਿਆਰ ਦਿੱਤਾ ਔਰ ਉੱਠ ਕੇ ਜਿੱਤੀ ਪਾਈ ਆ ਇੱਕ ਪਿਆਰ ਸਤਕਾਰ ਆ ਵੇਖੋ ਕਿੱਡੀ ਵੱਡੀ ਗੱਲ ਆ ਤੀਰਥੀਆ ਤੀਰਥਰੇ ਘੁੱਟ ਕੇ ਜੱਫੀ ਪਾਲੀ ਇਵੇਂ ਘੁੱਟ ਦੇ ਗੁੜਵਰੀਆਂ ਮਿਲਦੀਆਂ ਹੈ ਵੀ ਵਾਹ ਨਹੀਂ ਉੜੀਸਾ
ਆਹ ਮੁੰਡੇ ਦੇ ਲਈ ਕਮੇਟੀ ਬਣੀ ਹੋ ਵਿਸ਼ੇਸ਼ ਤੌਰ ਤੇ ਜਿਹੜਾ ਮਾਣ ਪਿਆਰ ਹੈ ਮੈਂ ਵੀ ਤੀਰਥਾਂ ਨੂੰ ਇੱਕ ਹੀ ਚੀਜ਼ ਸਿਖਾਉਣੀ ਹੈ ਉਹ ਆ ਪੇਸ਼ੈਂਸ ਉਹ ਆ ਸਬਰ ਜਦੋਂ ਉਹ ਸਿੱਖ ਗਿਆ ਤੇ ਬੱਲੇ ਬੱਲੇ ਹੋਣੀ ਹੈ ਬਾਕੀ ਸਾਰਾ ਕੁਝ ਸਿੱਖੀ ਬੈਠਾ ਚੀਜ਼ ਇੱਕ ਹੀ ਸਿਖਾਉਣ ਵਾਲੀ ਹੈ ਵੀ ਖੜਨਾ ਕਿਵੇਂ ਹੈ ਗੱਲਾਂ ਫਿਰ ਜਿਹੜੀਆਂ ਲੱਗਣਗੀਆਂ ਟਿਕਾਣੇ ਹੈ ਗਿਆਰਾਂ ਸੌ ਦਾ ਮਾਣ ਜਿਹੜਾ ਕਮੇਟੀ ਬਣੀ ਹੋ ਜਾਏ ਜੀ ਕਰੂਗਾ ਹਾਰ ਸਾਹਮਣੇ ਕਮੇਟੀ ਵਾਲੇ ਉਹ ਦਰਿਆ ਦੇ ਵਿੱਚ ਕਮੇਟੀ ਹੈ ਕਦੇ ਵੀ ਦਰਿਆ ਉੱਚੇ ਨੀਵੇ ਨਹੀਂ ਦਰਿਆ ਕਰਦੇ ਹਾਰ ਕਮੇਟੀ ਵਾਲੇ ਯਾਰ ਬੈਠੇ ਆ ਸਾਰਿਆਂ ਲਈ ਪਿਆਰ ਸਤਿਕਾਰ ਬਰਾਬਰ ਆ ਵੱਡੇ ਚਰਚੇ ਵਾਲਾ ਬੁਈਆਂ ਵਾਲੇ ਵਾਲਾ ਗਿਆਰਾਂ ਸੌ ਦੇ ਵੱਡੇ ਚਰਚੇ ਆ ਵੱਡਾ ਮਾਣ ਸਤਿਕਾਰ ਦਿੱਤਾ ਜਿਹੜਾ ਖਿਡਾਰੀ ਵਧੀਆ ਖੇਡਦਾ ਜਿਹੜਾ ਮੇਰਵੰਦ ਪਰਿਵਾਰ ਚੋਂ ਆ ਸਫਲਤਾ ਜਿਹੜੀ ਕਹਿੰਦੇ ਸਲੇਬ ਸ਼ਾਹ ਦੇ ਖਾਤੇ ਜੁੜ ਗਈ ਹੈ ਟੈਮਰ ਕੀ ਪੁਆਇੰਟ ਹੋ ਗਏ ਚਾਰ ਤੇ ਪੰਜ ਹਾਓ ਬੱਲੇ ਚਾਰ ਤੇ ਪੰਜ ਦੀ ਟੱਕਰ ਆ ਚਾਰ ਤੇ ਪੰਜ ਆ ਚਾਰ ਤੇ ਪੰਜ ਆ ਹੁਣ ਬਰਾਬਰ ਦਾ ਨੰਬਰ ਲੈਣੀ ਚੰਦਿਆ ਲਾਬਾਦ ਤੀਰਥ ਦੇ ਗੱਲ ਫੇਰ ਆ ਪਰ ਕਹਿੰਦੇ ਨੇ ਪੱਟੀ ਤੋੜਦੀ ਆ ਪੰਜ ਪੰਜ ਹੋ ਗਿਆ ਲੈਣੀ ਟੈਮਰ ਪੰਜ ਪੰਜ ਨੇ ਪੰਜ ਪੰਜ ਪੁਆਇੰਟਾਂ ਦੋਵਾਂ ਟੀਮਾਂ ਦੇ ਲੈਣੀ ਖੜਦੀ ਸੋਹਣਾ ਵੀਰਾ ਟਾਈਮ ਆਊਟ ਹੈ ਪੰਜ ਪੰਜ ਨੰਬਰ ਹੈ ਜਿੰਨੇ ਕੁ ਵੀਰ ਭਰਾ ਬੈਠੇ ਹੋ ਜੇ ਹੁਣ ਤੱਕ ਮੈਚ ਦਾ ਸਵਾਦ ਆਇਆ ਯਾਰ ਇੱਕ ਵਾਰੀ ਤਾੜੀ ਦੋਵਾਂ ਟੀਮਾਂ ਦੀ ਬਣਦੀ ਹੈ ਬਹੁਤ ਤਗੜਾ ਖੇਡ ਰਹੀਆਂ ਦੋਵੇਂ ਟੀਮਾਂ ਪੰਜ ਪੰਜ ਦੀ ਬਰਾਬਰੀ ਹੈ ਤੁਹਾਡਾ ਜੰਗਲ ਹੀ ਹੋਇਆ ਫਿਰਦਾ ਹੁਣ ਤੇ ਡਾਬਰ ਆਵਲਾ ਲਾਈ ਫਿਰਦਾ ਤੇ ਸਿਰ ਤੇ ਆਪਣਾ ਭਾਗ ਸਰ 23 ਨਵੰਬਰ ਤੇ 2016 ਉਹ ਬੇੜਾ ਕਦੇ ਯਾਦ ਹੀ ਰਹਿਣਾ ਜਦੋਂ ਉਹਨੇ ਨੇ ਮੇਲਾ ਕਰਾਇਆ ਪਹਿਲੇ ਸਾਲ ਤੇ ਕਦੇ ਗੱਲਾਂ ਲੱਗੀਆਂ ਟਿਕਾਣੇ ਜਦੋਂ ਡੀਪੀ ਦੀਆਂ ਲਿਖਤਾਂ ਪਹਿਲੀ ਵਾਰੀ ਲੱਗੀਆਂ ਸਨ 23 ਨਵੰਬਰ 2016 ਸੁੱਤੀ ਆਉਂਦਾ ਵੀ ਭਾਵੇਂ ਪੀ ਜਾਂਦਾ ਖਿਡਾਰੀ ਨੇ ਸਾਰੇ ਬਾਰਾਂ ਦੇ ਬਾਰਾਂ ਖਿਡਾਰੀ ਦਸ ਸੱਤ ਆ ਜੀ ਦਸ ਘੱਟਿਆ ਨੀ ਸੱਤ ਸਕੋਰ ਉਧਰ ਚੁੱਕਿਆ ਦੇ ਕਿਸਮਤ ਕੀਤੀ ਤੁਹਾਡੀ ਦੋ ਜਾਣੇ ਹੈ ਤੁਸੀਂ ਲੈਣੀ ਫੇਰ ਮਿਲਿਆ ਨੰਬਰ ਇੱਕ ਮਨਜੀਤ ਤੂੰ ਇੱਥੇ ਫਿਰਦਾ ਹੈ ਮੇਰੇ ਹੁਣ ਤਾਂ ਗਏ ਮੈਂ ਲੱਗਦਾ ਤੇਰੇ ਨਾਲ ਹੋਰ ਕੌਣ ਆ ਕਿੱਥੇ ਆਓ ਕੋਈ ਗੱਲ ਨਹੀਂ ਜ਼ੋਰ ਤਾਂ ਲੱਗਦਾ ਗੱਲ ਸਹੀ ਹੈ ਕੋਈ ਗੱਲ ਨਹੀਂ ਕੋਈ ਬਲੱਡ ਵਧਿਆ ਦਾ ਖਿਡਾਰੀਆਂ ਦਾ ਅਪੀਲ ਲਈ ਕਰ ਦਿਓ ਮੈਂ ਵੀ ਨੰਬਰ ਦਾ ਸਮੇਂ ਵਾਲਾ
ਸੱਤ ਰਨ ਦੇ ਸੱਤ ਤੇ ਪੰਜ ਨੇ ਦੋ ਨੰਬਰ ਦਾ ਫਰਕ ਪੈ ਗਿਆ ਸੱਤ ਸਲੇਬ ਸ਼ਾਮੇ ਅੱਠ ਹੋ ਗਏ ਜੀ ਅੱਠ ਵੇ ਪਾਏ ਪਰ ਇਹਨਾਂ ਜੀ ਨੌ ਪੰਜ ਨੌ ਦੇ ਪੰਜ ਦੀ ਟੱਕਰ ਆ ਸੇਡਾ ਜੇ ਨੇ ਉਧਰ ਕਿੰਨੇ ਕਿੰਨੇ ਨੰਬਰ ਹੋ ਗਏ ਵੀਰਵਾਰ ਕੀ ਦੱਸੋ ਜੀ ਕੰਮ ਲੰਮਾ ਚੱਲੂਗਾ ਉਧਰਲੇ ਪਾਸੇ ਡੀਸੀ ਬਾਈ ਨੇ ਭਵਿੱਖਬਾਣੀ ਕਰਦੀ ਆ ਦੱਸਦਾ ਵੀ ਕੰਮ ਲੰਮਾ ਜਾਊਗਾ ਹਾਲੇ ਕੋਈ ਨੀ ਅੰਦਾਜ਼ਾ ਲਾ ਸਕਦੇ ਕੋਈ ਉਮੀਦ ਪੱਕਾ ਨਹੀਂ ਲਾ ਸਕਦੇ ਵੀ ਇੰਨਾ ਟਾਈਮ ਲੱਗਣਾ ਡੀਸੀ ਬਾਗੜੀ ਦੀ ਆਏ ਸੀ ਵੀਰੇ ਹਾਰ ਗਏ ਸੀ ਉਹ ਮੋਡਿਆਂ ਦੀ ਟੀਮ ਤੋਂ ਵੱਡੀਆਂ ਜ਼ਿੰਮੇਵਾਰੀਆਂ ਸਭ ਹੀ ਬੈਠਿਆ ਪਰ ਫਿਰ ਵੀ ਆਪਾਂ ਆਏ ਸੀਗੇ ਹਾਰ ਕੇ ਮੋਡਿਆਂ ਦੀ ਟੀਮ ਤੋਂ ਉਧਰਲੇ ਪਾਸੇ ਵੀ ਐਨ ਨਿਕਲਦੇ ਗੱਲਾਂ ਬਾਤਾਂ ਲੱਗੀਆਂ ਹੋਈਆਂ ਟਿਕਾਣੇ ਸੁੱਖਿਆ ਨੰਬਰ ਪਤਾ ਕਿੰਨੇ ਕਿੰਨੇ ਆ ਗਿਆ ਮੈਂ ਵੀ ਦੱਸ ਗਈ ਪਚੀ ਦੀ ਪੁਆਇੰਟ ਦੱਸ ਸਕਦੀ ਆ ਜੇ ਗਿਆਰਾਂ ਹੋ ਗਏ ਗਿਆਰਾਂ ਸੱਤ ਗਿਆਰਾਂ ਇਕੱਠੇ ਵਾਲੀ ਨੇ ਸੱਤ ਨੰਬਰ ਆ ਮੇਰੇ ਮਿੱਤਰ ਚੁੱਕਿਆ ਦੀ ਟੀਮ ਦੇ ਗਿਆਰਾਂ ਤੇ ਸੱਤ ਦਾ ਮੁਕਾਬਲਾ ਗਿਆਰਾਂ ਨੰਬਰ ਆ ਇਕੱਠੇ ਵਾਲੀ ਦੇ ਸੱਤ ਪੁਆਇੰਟਾਂ ਚੁੱਕਿਆ ਦੇ ਇੱਧਰ ਸਾਈਡਾਂ ਚੇਂਜ ਆ ਮੁੰਡੇ ਜਿਹੜੇ ਜਿੱਤ ਗਏ ਤੇ ਫਾਈਨਲ ਕੀਤਾ ਮਹਾਵੀਰ ਸਕਾਰਪੀਓ ਦਿੱਤੀ ਜਾਣੀ ਹੈ ਸੁਲੇਸ਼ ਵਾਲੇ ਸਿੱਧੂ ਨੂੰ ਨਵਨੀਤ ਸ਼ਰਮੇ ਰਵਨੀਓ ਨਵੀਂ ਕਿੰਨੇ ਸਕਾਰਪੀਓ ਦੇ ਕੇ ਵੱਡਾ ਮਾਣ ਜਿਹੜਾ ਕਿਤੇ ਦਿੱਤਾ ਜਾਣਾ ਹੈ ਵਾਲੀਵਾਲ ਦੇ ਪਹਿਲੇ ਪ੍ਰਮੋਟਰ ਨੇ ਦੁਨੀਆਂ ਦਾ ਇੱਕ ਨਾਮ ਹੈ ਮੱਖਣ ਸ਼ਰਮਾ ਨਵਦੀਪ ਸ਼ਰਮਾ ਕਲੱਬ ਪਹਿਲੀ ਕਲੱਬ ਬਣੀ ਪਹਿਲਾ ਪ੍ਰਮੋਟਰ ਆਇਆ ਖੇਡ ਵਾਲੀਬਾਲ ਦਾ ਹਮੇਸ਼ਾ ਜਿਹੜੇ ਇਨਸਾਨ ਹੈ ਉਹਨਾਂ ਵਿਗੜ ਦੇ ਰਹਿਣਗੇ ਬਹੁਤ ਵੱਡੇ ਧੰਨਵਾਦ ਹੈ ਆ ਕਰੇ ਕਰੋ ਫਾਈਟਰ ਹੋ ਟੀਮ ਫਰਕ ਗਿਆ ਮੇਰੀ ਟੀਮ ਸਾਹ ਬਾਹਰ ਕਿੰਨੇ ਦੇ ਲੱਗੇ ਨਜ਼ਾਰਾ ਫੇਰ ਆਉਣਾ ਮੇਰੀ ਦੇਖ ਕਹਿੰਦੇ ਆ ਕਿੱਥੇ ਹੋ ਗੱਲਾਂ ਬਾਤਾਂ ਲਈ ਉਹਦਾ ਟਿਕਾਣੇ ਦਸ ਤੇ ਸੱਤ ਦੀ ਟੱਕਰ ਮੈਚ ਬੜਾ ਤਗੜਾ ਇੱਕ ਵਾਰੀ ਤੀਰਥ ਨੂੰ ਹੌਸਲਾ ਦੇ ਵਾਲੇ ਜ਼ੋਰਦਾਰ ਤਾੜੀ ਵਾਲੇ ਤੀਰਥ ਦੇ ਲਈ ਤਖਤਾ ਭੇਟਣਾ ਭੇਟਿਆ ਵੀ ਜਾਣਾ ਇਹ ਵੀ ਗੱਲ ਪੱਕੀ ਆ ਉਹ ਸਰਵਿਸ ਵਾਲੇ ਇੱਧਰ ਹੋਵੇ ਭਾਵੇਂ ਇੱਧਰ ਹੋਵੇ ਪਰ ਫੇਰੂ ਸ਼ਹਿਰੀ ਆ ਨਹੀਂ ਦਸ ਤੋਂ ਮਸ ਫੁੱਟਦਾ ਉਹ ਕਦੇ ਗੱਲਾਂ ਬਾਤਾਂ ਲਈ ਉਹਦਾ ਟਿਕਾਣੇ ਸੱਜੇ ਪਿਆਰ ਤੇ ਉਹ ਸੱਜੇ ਗੋਡੇ ਤੇ ਐਨ ਮੁੰਡਾ ਨੀਚ ਵਧਾਈ ਫਿਰਦਾ ਤੇ ਆ ਤੀਰਥ ਫਿਰ ਉਸ਼ਾਰੀਆ ਵੱਡਾ ਵਾਲਾ ਪਰ ਉਧਰਲੇ ਪਾਸੇ ਉਹ ਕਦੇ ਖੇਡਦੇ ਮੈਦਾਨ ਦੇ ਵਿੱਚ ਸਾਹਮਣੇ ਕਹਿੰਦੇ ਗਲੋਏ ਫਾਈਟਰ ਨੇ ਬੱਲੇ ਬੱਲੇ ਕਰਾਉਂਦੀ ਹੈ ਬਾਰਾਂ ਹੋ ਗਏ ਤੇ ਗਿਆਰਾਂ ਗਿਆਰਾਂ ਦੇ ਸੱਤ ਦੀ ਟੱਕਰ ਹੈ ਚਾਰ ਨੰਬਰ ਦਾ ਫਰਕ ਹੈ ਨੰਬਰ ਗਿਆਰਵਾਂ ਕਹਿੰਦੇ ਸਿੱਧੂ ਨੇ ਜੋੜ ਦਿੱਤਾ ਰਸ਼ੀਅਨ ਟੈਂਕ ਦੀ ਅੱਖ ਦੇ ਰਿਹਾ ਨਾਲ ਵੀ ਲੰਬਾ ਟਰਾਈ ਕਰਦਾ ਹੋਇਆ ਉਹ ਕੌਣ ਕੌਣ ਜਿਹੜੂ ਨੰਬਰ ਬਾਰਵਾਂ ਜਾਂ ਪਿੰਡੇ ਭਲਵਾਨ ਹੁਣੀ ਉਹ ਕਿੰਦਾ ਕਿੰਦਾ ਦੇ ਵੇੜਿਆ ਫਿਰਦਾ ਇੱਕ ਹੱਥ ਨਾਲ ਹੀ ਗੋਲੀ ਕਰਿਆ ਉਹਦਾ ਉਹ ਸਾਹਮਣੇ ਕੌਣ ਇੱਥੇ ਰੱਖ ਪੱਟੀ ਤੋੜ ਲਈ ਹੈ ਹਰਖਿਆ ਵੀ ਭੈੜਾ ਉਹ ਸਾਹਮਣੇ ਬਾਹਰ ਬਾਕੀਆਂ ਸਾਹਮਣੇ ਗੱਲ ਲਾਤੀ ਟਿਕਾਣੇ ਜਿਹਦਾ ਨਾਂ ਜਾਦੂਗਰ ਤੇ ਉਹਨੇ ਕਰਨਾ ਹੀ ਕੀ ਹੈ ਉਹ ਤੋਂ ਜਾਦੂ ਲਾਈ ਕਰਿਆ ਹੋਗਾ ਮੈਂ ਵੀ ਕਿੰਡਿਆ ਸਾਹਮਣੇ
तीन नंबर लगने सीधे सामने अठ 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 कौन करता अपने सामने सत ने कहने ग्यारह नंबर अठ मेरी भाल का फेरू फैरी ए बल्ले 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 कोई राजदीप कहना नंबर अठवा लाता मुंडे ने लैदी डाक्टरा कला भंगड़ा पाया नहीं सरना दे ना ही ढुंड कटिया सरना इतने कोई ना कोई राजदीप को गुरु गोला टीका ही लाना पैना अक्सरी गला गाता चलदिया टिकाने भी है और कदे डाक्टर का भी जेल बड़ा बड़ा तो गुरु गोले के टीके भी बड़े लाना राजी मुंडा डाक्टर दे कोई दे पैसे मुंडे का सम्मान गल से फिर बनती है फिर गलबात जोड़ी वक्री होनी है डॉक्टर भी आया हुआ नामी आंधी गुआी पिंडा मान मान बिले पास फिर प्यारा मेरे मित्र जंडा लिया मुंडा पिंडा माला वाली वाला प्रोफेसर टॉप का सर्विस कल्याण टीम अपनी बनी है फिर शहर ही लगा किन्ने पे वाला अठ बारह ने अठ बारह है रात पॉइंटा का फर्क है नहीं सरपंच उड़े अठ उधर बारह उधर सोने दिया अठ ने कहने बारह का मुकाबला की ना मुंडे का गैरी नहीं गैरी घरे चला जाए बेनती है गैरी जिते आवाज सुन लगना फिर शहरी चला जा जल्दी नहीं घरे कर दू कोई बहुत बैठे दो चार बैरी जा भी गहरी घरे जा जल्दी बेनती है बनती जल्दी शहरी पुरते टाइम भी फोन हो गया सागर बैठा और दूर पुरे वाला लाइव टंगी जाता गल लग दया टिकाने बिट्टू आया होया भरा सा करेजा जो कानू को साहब ने कहने करते जेड़े पट्टे है हार नंबर तेरवा जुड़िया भी तेरे पुरना छब्बी है ते छब्बी रहन दे जेड़ी गल दबी है ते दबी रहन दे साडी जिते लगी है ते लगी रहन दे साइया दे भी जाने रसाइया दे भी जाने आओ कमले पूरे दे ते शुराइया दे भी जाने तेरी होमे वड्डी है ते वड्डी रहन दे जिथे साडी लगी है ते लगी रहन दे लोकी आख दे जे ठगी है ते ठगी रहन दे कैमल किन्ने हो गए छोटा वीर है साडा क्योंकि घटे का मैच लाइव करता दो नंबर से वालीबाल शूटिंग का सवाल ए पे नु भी सपोर्ट करनी आप पलसान पे का भी धन्यवाद है पंजाब की जिंदियां बूटे वर्गे भरा साडे ते नाल सरपंच टूडे सारे वीरों का जिहड़ा तहे दिलों धन्यवाद सबना दे लई दुआवां ने दिलों फिर रखे परमात्मा सच्चे पातशाह चढ़दी कला बख्शे नाल खन्ना शूटिंग 365 पेज है डेली लाइव करदा है शायद जी नहीं बोल छतरी भुल गया मेरे दिमाग च भी सी अज तक के करी जाओ करी जाओ फिर खिंची जाओ शेयर कर दे
वॉलीबॉल शूटिंग का सवाल सोलह कला संपूर्ण तो है नहीं कोई गुरु गोबिंद सिंह महाराज सच्चे पातशाह जी उदू बाद ना कोई आया ना ही आना इंसान से गलतियां का पुतला है होंदिया रहिंदिया गलतियां ये खेड ही सारी रैफरी रैफरी है ही नहीं कोई किड्डी वड्डी गल खेड रैफरी दी रैफरी है ही नहीं कोई इहदे मिंत्रला करके लाया बेचारा गांह दोवें भी नहीं लगना ਕਿਤੇ ਲਿਆਜ ਕਰਕੇ ਚੱਲ ਤੂੰ ਕਰਾ ਲੈ ਵੀਰੇ ਮੈਂ ਤੋਂ ਕਿਹਨੂੰ ਕਰਾ ਲੈ ਆਓ ਮੈਂ ਤਾਂ ਉਹ ਕਹਿੰਦਾ ਹੀ ਮੈਂ ਵੀਰੇ ਉੱਤੇ ਆਉਣਾ ਵੀਰੇ ਰੈਫਰੀ ਉਹਦੇ ਸਾਈਨ ਰੋੜਾ ਵੀਰੇ ਪੁਆਇੰਟ ਦੱਸਦੇ ਆ ਪੁੱਛੀ ਉਹ ਕਰੋ ਫੇਰ ਤੇ ਰੈਫਰੀ ਨੇ ਸਰਵਾ ਦਾ ਤੂੰ ਬਲਿੰਦਰ ਹੋ ਜਾਂਦੀ ਹਾਂ ਨਹੀਂ ਤੈਨੂੰ ਫਿਰ ਤੇ ਜਾਂ 15 ਤੇ ਆ ਗਿਆ 15 ਤੇ ਆ ਗਿਆ ਕੀ 44 ਵਾਲਾ ਕਰ ਕਿੰਨੇ ਕਿੰਨੇ ਹੋ ਗਏ 10-13 ਹੋ ਗਏ ਹੋ ਗਏ ਕਿਉਂਕਿ ਅਸੀਂ 10 ਕਰ ਗਏ ਫਿਰ ਤੇ 13 ਨੰਬਰ ਜਿਹੜੇ ਘੱਟੇ ਵਾਲੀ ਦੇ 10 ਤੇ 13 ਉਹਨਾਂ ਦੀ ਮੈਚ ਬੜਾ ਤਕੜਾ ਹੈ ਦੋ ਦੇ ਵਿੱਚ ਇੱਧਰ 15 ਤੇ 8 ਲਾਸਟ ਆ ਗਿਆ ਜੀ ਲਾਸਟ ਪੁਆਇੰਟ ਹੈ ਜਿਹੜੀ ਕਹਿੰਦੇ ਤੂੰ ਬਾਜ ਅੱਖ ਤੇਰੇ ਦੇ ਆ ਨੰਬਰ ਲਾਸਟ ਆ ਗਿਆ ਮੁੰਡੇ ਫਾਈਨਲ ਦੇ ਨੇੜੇ ਆ एक पॉइंट की खेल जी हम बाकी रह गई है बई वाह क्या बात है बहुत वाह इतने रख नंबर भावे लास्ट है पर जो बैटरी वाली पींदा मुंडे लाई होवे बाल फाउल है मैच समाप्त है जितना हारा बढ़िया तालियां दोनों टीमों की मार दे जोरदार कोई गल नहीं जितना हारा जी एक सिंगे के दो पहलू है पॉइंट दस दें साइन रोड़ा वीरे हां ਜਿਹੜੀ ਫਾਈਨਲ ਦੇ ਵਿੱਚ ਹੈ ਸਲੇਸ਼ਾ ਦੇ ਮੁੰਡੇ ਮੁਬਾਰਕਾਂ ਮੁੰਡੇ ਫਾਈਨਲ ਚ ਨੇ ਖੁਦ ਰਾਸਤੇ ਨਹੀਂ ਟਾਲੀ ਵਾਲਾ 11 ਹੋ ਗਿਆ ਨਹੀਂ ਗੋਈਆਂ ਦਾ ਰਾਜ ਨਹੀਂ ਆਪਣਾ 1100 ਲੈ ਕੇ ਜਾਵੇ ਦੱਸਦਾ ਨੀ ਸਹੀ ਨੀ ਦੱਸਦਾ ਇਹ ਨਹੀਂ ਨਹੀਂ ਜਿੰਨੇ ਕੁ ਦੇ ਆਪਾਂ ਨੂੰ ਕੋਈ ਚੱਕਰ ਨਹੀਂ ਰਾਜ ਦੀ ਗੋਈਆਂ ਦਾ ਵੀ 1100 ਲੈ ਕਿੰਨੇ ਸਕੋਰ ਆ राम गड़ी खुश ओके ओके वीरे नवी राजदीप भुइयां वाला मुंडा आ जा अमरत छोड़िया ਹਾਂਜੀ ਹਾਂਜੀ ਨਾਮ ਦੇ ਦੋ ਜੀ ਕੋਈ ਗੱਲ ਨਹੀਂ ਜਿਹੜਾ ਥਰਡ ਫੋਰਥ ਪ੍ਰਾਈਜ਼ ਆਪਣਾ ਦੇ ਦਈਏ ਉਧਰਲੇ ਪਾਸੇ ਤੂੰ ਕਿੱਧਰ ਫਿਰਦਾ ਇੱਡੀ ਰਾਤ ਨੂੰ ਅੱਜ ਗਿਆ ਨੀ ਤੂੰ ਨੇੜੇ ਥੋੜਾ ਤੁਹਾਨੂੰ ਕਿੱਥੇ ਰਹਿਣਾ ਕਿਤੇ ਨਹੀਂ ਨਹੀਂ ਜਾਣਾ ਹੀ ਉਹ ਗੱਡੀ ਦਾ ਓਏ ਚਾਬੀ ਹੈਗੀ ਆ ਮੇਰੇ ਇੱਥੇ ਫਿਰਦੇ ਜਿਓ ਉਹ ਸੋਰੀ ਗਾਲ ਨਹੀਂ ਕੱਢ ਰਹੀ ਉਹ ਖੜ ਜਾ
किन्ने स्कोर है गोबर? 13-11 जी। 13 इधर 13 कटिया नी 11 चुके। बड़ा लंबा समा हो गया कि जोरदार ताड़ी मारे और दोनों टीमों के लिए बड़ा दिल की दौड़ पहला दोनों टीमों का हार कर जोर लगा हो करियो शेर मेरे जरूर सपोर्ट करो जिन्ना भरा ने अपने पेज नु फॉलो नहीं किया फॉलो जरूर जरूर अपने सारे भरा सपोर्ट करो फॉलो करो वीरे बहुत बहुत धन्यवाद रैफरी नु घेरा पाई जाने सारे पास इधरों भी इधरों नेट का हिसाब किताब नहीं बंदे नहीं आते फिर बेचारे कर थोड़ा पिछे पिया अगे आ
ਠੰਡ ਨੀ ਲੱਗਦੀ ਅਜੇ ਨਹੀਂ ਬੋਲਦੀ ਬ੍ਰੈਡਰਨ ਘੱਟ ਹੈ ਮੇਰੀ ਬ੍ਰੈਡਰਨਸ ਕਰਨਾ ਨਹੀਂ ਪਸਾਉਣਾ ਜਿਹਨੇ ਵੇਖਣਾ ਉਹਨੇ ਵਧਾਉਣੀ ਹੈ ਬਾਈ ਨੇ ਵੀ ਕਰਾ ਲਈ ਬਰਾਬਰ ਕਰਤਾ ਬਰਾਬਰ ਕਰਤਾ ਕੰਮ ਦੇਖਿਆ ਖੁਸ਼ੀ ਪੜਾ ਹੋ ਜੇ ਗਲਤੀ ਕਰ ਗਿਆ ਖੁਸ਼ਦੀਪ ਗਿਆਰਾਂ ਚੌਦਾਂ ਗਿਆਰਾਂ ਚੁੱਗਿਆਂ ਦੇ ਚੌਦਾਂ ਘੱਟਿਆਂ ਵਾਲੀ ਦੇ ਖੁਸ਼ੀ ਬਾਹਲੀ ਵੱਡੀ ਗਲਤੀ ਹੋ ਗਈ ਸੋਹਣਿਆ ਵੀਰਾ ਥੋੜਾ ਦਿਨ ਪਹਿਲਾਂ ਟੂਰਨਾਮੈਂਟ ਸੀਗਾ ਬਾਲ ਚੁੱਕਿਆ ਵੀ ਟੀਮ ਦੇ ਬਰਾਬਰ ਇੱਕ ਜਾਂ ਦੋ ਪੁਆਇੰਟ ਸੀਗੇ ਦੂਜੇ ਪਾਸੇ ਟੀਮ ਜਿਹੜੀ ਖੇਡਦੀ ਫਰੋਸ਼ਾ ਵੀ ਸਾਡੇ ਸਿੱਧੂ ਵਰਗੇ ਲੱਪੇ ਵਰਗੇ ਹਾਂ ਟੀਮ ਨੇ ਉੱਥੋਂ ਜਿਹੜੀ ਵਾਪਸੀ ਕੀਤੀ ਬਹੁਤ ਤਗੜਾ ਅੱਜ ਵੀ ਉੱਥੋਂ ਦੇ ਚੇਂਜ ਹੈ ਜੀ ਚੌਦਾਂ ਗਿਆਰਾਂ ਜੱਜ ਨਫਰਾਂ ਦਾ ਫਰਕ ਹੈ ਚੌਦਾਂ ਤੋਂ ਪੰਦਰਾਂ ਕੌਣ ਕਰਦਾ ਆਪਣੇ ਖਾਤੇ ਬੜਾ ਤਗੜਾ ਮੈਚ ਹੈ ਦੂਜਾ ਸੈਮੀ ਜਿੰਦਵਾਲ ਦੇ ਫਾਈਨਲ ਬਾਕੀ ਹੈ ਜਿਹੜੀ ਟੀਮ ਜਿੱਤ ਗਈ ਸਲੇਸ਼ਾ ਦੇ ਨਾਲ ਜਿਹੜਾ ਕਹਿੰਦੇ ਫਾਈਨਲ ਮੈਚ ਖੇਡਿਆ ਜਾਣਾ ਹੈ ਚੌਦਾਂ ਤੇ ਗਿਆਰਾਂ ਵਾਹਿਗੁਰੂ ਜੱਜ ਅੱਜ ਘੱਟਿਆਲੀ ਵਾਲੇ ਮੁੰਡਿਆਂ ਨੇ ਬਹੁਤ ਤਗੜੀ ਗੇਮ ਦਿਖਾਈ ਹੈ ਵੱਡੀਆਂ ਟੀਮਾਂ ਹਰਾਈਆਂ ਪਰ ਸੋਹਣੇ ਪਾਟਾਂ ਦੀ ਫੜ ਜਿਹੜਾ ਵਾਜੀ ਆ ਘੱਟਿਆਲੀ ਵਾਲਾ ਪੰਮਾ ਟਾਈ ਕਰਦਾ ਦੂਜੇ ਪਾਸੇ ਸੇਵਾ ਦਿੱਲੀ ਕਰਦੇ ਉਹ ਪਿੰਡੇ ਵਰਗੇ ਆ ਮੁੰਡੇ ਨਾਲ ਕਰ ਖਾਣ ਵਾਲੇ ਪਿੰਡ ਦਾ ਮੁੰਡਾ ਖੇਡਦਾ ਬੜੇ ਕਰਨੇ ਦਾ ਫੈਸਲਾ ਹੈ ਬੜੇ ਅਰਥੀ ਵਾਲੇ ਦਾ ਫੈਸਲਾ ਕੀਤਾ ਹੈ ਬਾਲ ਫਾਊਲ ਹੈ ਸਾਡੇ ਗਿਆਨ ਵਾਲਾ ਫੁੱਟੀ ਬਾਅਦ ਚ ਚਲਾਇਆ ਥੋੜਾ ਚਿਰ ਪਹਿਲਾਂ ਚੱਲਿਆ ਜੀ ਮੀਂਹ ਆ ਗਿਆ ਸੀ ਰੁਕ ਗਏ ਸੀ ਬਾਗੜੀ ਮੇਰੇ ਮਿੱਤਰੋ ਗੋਪੇ ਤੋਂ ਹਾਰ ਗਿਆ ਸੀਗਾ ਜੀ ਬੋਡਿਆ ਬਾਰਾਂ ਚੌਦਾਂ ਹੋ ਗਏ ਵੀਰੇ ਬਾਰਾਂ ਚੁੱਕਿਆਂ ਦੇ ਚੌਦਾਂ ਘੱਟਿਆਂ ਵਾਲੀ ਚੌਦਾਂ ਬਾਰਾਂ ਜੀ ਫਿਰ ਚੇਂਜ ਚੌਦਾਂ ਘੱਟਿਆਂ ਵਾਲੀ ਬਾਰਾਂ ਸਕੋਰ ਕੈਮਰੇ ਸਾਹਮਣੇ ਚੌਦਾਂ ਘੱਟਿਆਂ ਵਾਲੀ ਜੀ ਬਾਰਾਂ ਚੁੱਕਿਆਂ ਦੇ ਬਾਬਿਆਂ ਦੇ ਹੱਥ ਲੱਗ ਗਏ ਪੁਆਇੰਟ
ਇੱਕ ਪਾਸ ਆਉ ਜਾਂਦਾ ਆਉਣਗੇ ਜਾਂ ਜਾਣਗੇ ਇੰਦਰ ਦੱਦੂ ਜੀ ਸਿੱਧੂ ਫਾਈਨਲ ਚ ਮੇਰੇ ਭਰਾ ਸਿੱਧੂ ਫਾਈਨਲ ਚ ਰੋਸ਼ਾ ਤੀਰਥ ਤੋਂ ਜਿੱਤ ਗਿਆ ਜੀ ਸੈਮੀ ਫਾਈਨਲ ਫਾਈਨਲ ਚ ਗਿਆ ਜੀ ਸਿੱਧੂ ਸਲੀਮ ਸ਼ਾਹ ਬੱਲੇ ਖੁਸ਼ੀ 15 ਹੋ ਗਏ ਜੀ 15-12 15-12 ਲਾ ਕੇ ਨਾ ਬਾਬੇ ਦਾ ਪੁੱਟਾ ਥੋੜਾ ਹੀ ਜਾਂਦਾ ਸਾਹਮਣੇ ਲਾਸਟ ਨੰਬਰ ਘੱਟਿਆਂ ਦਾ ਜੀ ਕਰਨਾ ਗੋਪਾ ਦਾ ਮੈਂ ਕਹਿਣਾ ਨੰਬਰ ਲਾਸਟ ਘੱਟਿਆਂ ਦਾ ਘੱਟਿਆਲੀ ਵਾਲੇ ਮੁੰਡੇ ਜਿੱਤ ਗਏ ਜੀ ਘੱਟਿਆਲੀ ਟੀਮ ਫਾਈਨਲ ਚ ਪਹੁੰਚ ਗਈ ਘੱਟਿਆਲੀ ਵਰਸਸ ਸਲੀਮ ਸ਼ਾਹ ਦਾ ਫਾਈਨਲ ਖੇਡਣਾ ਜੀ ਮੇਰੇ ਮਿੱਤਰੋ ਐਨ ਸਰਾ ਫਾਈਨਲ ਮੈਚ ਤੁਹਾਨੂੰ ਦਿਖਾਵਾਂਗੇ ਲਾਈਵ ਨਾਲ ਜੁੜੇ ਰਹੋ